ਦੋ ਗੱਡੀਆਂ ਨੇ, ਕੋਈ ਜਨਾਨੀ ਡੇਗੀ। ਅੱਛਾ ਜੀ, ਪਿੱਛੇ ਪਿੱਛੇ ਲੱਗਦੀਆਂ ਗੱਡੀਆਂ। ਕਿੰਨੀਆਂ ਗੱਡੀਆਂ ਲੱਗੀਆਂ ਵਿੱਚ? 10 ਗੱਡੀਆਂ ਹੀ ਲੱਗੀਆਂ, 15। ਅੱਛਾ ਜੀ, ਇੱਕ ਤਾਂ ਉੱਤੇ ਚੜ ਗਈ ਬਹੁਤ ਉੱਪਰ ਤੱਕ, ਉਹ ਵੀ ਬਚ ਗਏ। ਅੱਛਾ ਜੀ, ਤੇ ਦੂਸਰੇ ਥੱਲੇ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਹਾਂਜੀ, ਅਸੀਂ ਫਲੋਰ ਜਾ ਰਹੇ। ਆਏ ਕਿੱਧਰੋਂ ਸੀਗੇ? ਅਸੀਂ ਬਿਆਸ ਤੋਂ ਆਏ ਹਾਂ। ਬਿਆਸ ਤੋਂ? ਤੇ ਸੱਟ ਚੋਟ ਤਾਂ ਨਹੀਂ ਲੱਗੀ? ਨਹੀਂ, ਬਚਾਅ ਹੋ ਗਿਆ ਥੋੜਾ ਜਿਹਾ, ਗੱਡੀ 'ਚ ਉਹ ਹੋਇਆ, ਹਾਂਜੀ, ਮੋਢੇ ਮਾਢੇ ਜਾਏ। ਹਾਂਜੀ, ਬਾਬਾ ਜੀ ਨੇ ਮੇਰ ਕਰਤੀ ਸਾਰਿਆਂ ਦੇ ਪੁੱਤ। ਇੱਥੇ ਚਾਚੋ ਕੀ ਮਾਨ ਰਿਸੋਰਟ ਦੇ ਸਾਹਮਣੇ, ਹਾਂਜੀ, ਲੇਡੀਜ਼ ਡਿੱਗਣ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ, ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ। ਤੇ ਬੰਦੇ ਕਿੱਦਾਂ? ਠੀਕ ਆ ਸਾਰੇ? ਬੰਦੇ ਠੀਕ ਆ, ਲੇਡੀਜ਼ ਜਿਹੜੀ ਲੈ ਗਏ ਆ ਹਸਪੀਟਲ ਉਹਦਾ ਨਹੀਂ ਹਲੇ ਕੋਈ ਪਤਾ, ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ। ਗੱਡੀਆਂ ਠੀਕ ਆ, ਗੱਡੀਆਂ ਦਾ ਨੁਕਸਾਨ ਹੋਇਆ ਕਾਫੀ? ਹਾਈਵੇ ਤੇ ਐਕਸੀਡੈਂਟ ਹੋਇਆ ਸੀ। ਹਾਂਜੀ, ਮੌਕੇ 'ਚ ਆਏ, ਕੰਟਰੋਲ ਰੂਮ ਤੋਂ ਫੋਨ ਆਇਆ ਸੀ, ਆ ਕੇ ਗੱਡੀਆਂ ਦਾ ਨੁਕਸਾਨ ਆ, ਲਾਂਭੇ ਕਰਾਈਆਂ ਗਈਆਂ, ਸਮਝ ਲਓ ਰੋਡ ਟ੍ਰੈਫਿਕ ਚਾਲੂ ਕੀਤਾ। ਸਰ ਸਵਾਰੀ ਵਗੈਰਾ ਠੀਕ ਆ ਸਰ? ਹਾਂਜੀ, ਬਾਕੀ ਸਰ। ਤੇ ਗੱਡੀਆਂ ਦਾ ਨੁਕਸਾਨ ਹੋਇਆ? ਗੱਡੀਆਂ ਨੁਕਸਾਨ। ਕਿੰਨੀਆਂ ਗੱਡੀਆਂ ਲੱਗੀਆਂ ਜੀ? 5 ਗੱਡੀਆਂ ਨੇ। ਇਹ ਜਿਹੜੀਆਂ ਗੱਡੀ ਤੇ ਗੱਡੀ ਚੜੀ ਹੈ, ਕਾਰਨ ਕੀ ਸੀਗਾ? ਇੱਕ ਦੂਜੇ ਦੇ ਚੜ ਗਈਆਂ ਜਿਹੜੀਆਂ ਗੱਡੀਆਂ? ਇਹ ਨਹੀਂ ਸਰ ਪਤਾ, ਇਹ ਮੌਕੇ 'ਚ ਵੀ। ਇਹ ਸਪੀਡ ਕਿੰਨੀ ਕੁ ਸੀ ਇਹਨਾਂ ਦੀ? ਅਸੀਂ ਮੌਕੇ ਬਾਅਦ 'ਚ ਆਏ ਜੀ। ਠੀਕ ਆ।